ਕਿਸਾਨ ਸਾਥੀਓ, ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਣਕ ਦੀਆਂ ਕਿਸਮਾਂ ਦੀ, ਤਾਂ ਮੈਂ ਕੱਲ੍ਹ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਕਣਕ ਦੀਆਂ ਜੋ ਕਿਸਮਾਂ ਉਹਨਾਂ ਦਾ ਕੰਪੈਰੀਜ਼ਨ ਕਰਾਂਗੇ। ਦੇਖੋ ਜੀ, ਇਹ ਕਿਸੇ ਯੂਨੀਵਰਸਿਟੀ ਦੀ ਰਿਸਰਚ ਨਹੀਂ ਹੈਗੀ, ਇਹ ਜਿਹੜਾ ਹੈਗਾ ਕਿਸਾਨਾਂ ਦੁਆਰਾ ਦਿੱਤਾ ਹੋਇਆ ਡਾਟਾ ਹੈ। ਜਿਵੇਂ ਕਿਸਾਨ ਨੇ ਮੈਨੂੰ ਦੱਸਿਆ ਉਸੇ ਤਰੀਕੇ ਦੇ ਨਾਲ ਮੈਂ ਉਹਨੂੰ ਲਿਖ ਲਿਆ, ਅਤੇ ਜੋ ਕਿਸਾਨਾਂ ਨੇ ਦੱਸਿਆ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ। ਕਿਸਾਨਾਂ ਦਾ ਐਕਸਪੀਰੀਅੰਸ, ਇਹਦੇ 'ਚੋਂ ਥੋੜ੍ਹੇ ਜਿਹੇ ਕਿਸਾਨਾਂ ਦਾ ਐਕਸਪੀਰੀਅੰਸ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿੱਲ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਜਿਹੜੇ ਕਿਸਾਨ ਵੀਰ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਲਾਲ ਬਟਨ ਨੱਪ ਕੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਵਾਲਾ ਬਟਨ ਜ਼ਰੂਰ ਨੱਪ ਲਓ, ਤਾਂ ਕਿ ਫਸਲਾਂ ਨਾਲ ਸੰਬੰਧਿਤ ਲੇਟੈਸਟ ਅਤੇ ਬਿਲਕੁਲ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਦੋਸਤੋ, ਸਭ ਤੋਂ ਪਹਿਲਾਂ ਏਕੇ ਫਰੀਦਕੋਟ ਦੇ ਕਿਸਾਨ ਹੈ, ਇਹਨਾਂ ਦਾ ਕਹਿਣਾ ਹੈਗਾ ਕਿ ਇਹਨਾਂ ਨੇ ਆਪਣੇ ਖੇਤ ਦੇ ਵਿੱਚ 30-86, ਇਹ ਮੈਨੂੰ ਥੋੜ੍ਹਾ ਡਾਰਕ ਕਰ ਲੈਣਾ, 30-86, 1105 ਅਤੇ 542 ਕਣਕ ਲਾਈ ਸੀਗੀ। ਇਹਨਾਂ ਦੇ ਖੇਤ ਦੇ ਵਿੱਚ 542 ਨੰਬਰ 1 'ਤੇ ਰਹੀ ਆ 65 ਮਣ, 1105 57.5 ਮਣ ਅਤੇ 30-86 65.5 ਮਣ। ਮੈਂ ਇੱਕ ਏਕੜ ਯਾਨੀ ਕਿ ਇੱਕ ਕਿੱਲੇ ਦੀ ਗੱਲ ਕਰ ਰਿਹਾ ਇਹ ਝਾੜ ਦੀ। ਅਤੇ ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਪਿਛਲੇ ਸਾਲ ਮੌਸਮ ਚੰਗਾ ਸੀਗਾ ਜਿਹਦੇ ਕਰਕੇ ਬੰਪਰ ਕਰੋਪ ਆਈ ਹੈ। ਇਹ ਚੀਜ਼ਾਂ ਹਰ ਸਾਲ ਇਸ ਤਰ੍ਹਾਂ ਨਹੀਂ ਘਟਦੀਆਂ। ਦੂਸਰੇ ਕਿਸਾਨ ਹੈ, ਇਹਨਾਂ ਨੇ ਆਪਣਾ ਏਰੀਆ ਨਹੀਂ ਦੱਸਿਆ, ਇਹਨਾਂ ਦੇ ਖੇਤ 'ਚ 30-86, 1105 ਅਤੇ 29 ਸਟਾਰਟ, ਤਿੰਨੇ ਵਰਾਇਟੀਆਂ ਹੀ ਬਰਾਬਰ ਰਹੀਆਂ। ਆਪਾਂ 3226 ਜਿਹੜੀ ਨਵੀਂ ਵਰਾਇਟੀ ਆਈ ਆ ਉਹਦਾ ਕੰਪੈਰੀਜ਼ਨ ਵੀ ਹੈ, ਉਹ ਵੀ ਤੁਸੀਂ ਅੱਗੇ ਦੇਖੋਗੇ ਕਿ ਕਿਸ ਤਰੀਕੇ ਦਾ ਉਹਦਾ ਝਾੜ ਰਿਹਾ ਹੈਗਾ। ਤਲਵੰਡੀ ਸਾਬੋ ਤੋਂ ਆਪਣੇ ਕਿਸਾਨ ਹੈ ਜਿਨ੍ਹਾਂ ਨੇ ਆਪਣੇ ਖੇਤ 'ਚ HD 3086 ਅਤੇ ਉੱਨਤ 550 ਦੋ ਕਿਸਮਾਂ ਲਗਾਈਆਂ ਸੀਗੀਆਂ, ਉਹਨਾਂ ਦੇ ਅਨੁਸਾਰ 550 ਉਹਨਾਂ ਦੇ ਖੇਤ ਦੇ 55 ਮਣ ਨਿਕਲੀ ਹੈ ਅਤੇ 3086 65.5 ਮਣ ਨਿਕਲੀ ਹੈ। ਰੋਪੜ ਤੋਂ ਕਿਸਾਨ ਹੈ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ HD 3086, ਉੱਨਤ 550 ਅਤੇ ਉੱਨਤ 343 ਕਣਕ ਦੀਆਂ ਕਿਸਮਾਂ ਲਾਈਆਂ ਸੀ, ਸਭ ਤੋਂ ਵੱਧ 65.5 ਮਣ 3086 ਰਹੀ ਹੈ, 550 60 ਮਣ ਰਹੀ ਹੈ, ਉੱਨਤ 343 50 ਮਣ ਰਹੀ ਹੈ। 550 ਦਾ ਸੀਡ ਉਹਨਾਂ ਨੇ ਜ਼ਿਆਦਾ ਵਰਤਿਆ ਸੀਗਾ। ਅੰਮ੍ਰਿਤਸਰ ਦੇ ਤੋਂ ਕਿਸਾਨ ਹੈ ਜਿਹੜੇ ਖੇਤ ਦੇ ਵਿੱਚ ਥੋੜ੍ਹਾ ਜਿਹਾ ਉਲਟਾ ਹੈ, ਉਲਟਾ ਨਹੀਂ ਹੈ, ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਵੈਸੇ ਵੀ 30-86 ਦਾ ਝਾੜ ਕੁਛ ਹੱਦ ਤੱਕ ਡਾਊਨ ਦੇਖਿਆ ਗਿਆ ਹੈ, ਤਾਂ ਇਹਨਾਂ ਨੇ 30-86, 29 ਸਟਾਰਟ ਅਤੇ 725 ਤਿੰਨ ਕਿਸਮਾਂ ਲਗਾਈਆਂ ਸੀ, ਤਾਂ ਇਹਨਾਂ ਦੇ 30-86 50 ਮਣ, 29 ਸਟਾਰਟ 55 ਮਣ, 725 ਜਿਹੜੀ ਹੈਗੀ 52 ਮਣ। ਦੋਸਤੋ, ਇੱਕ ਮਣ ਦੇ ਵਿੱਚ 40 ਕਿਲੋ ਹੁੰਦੇ ਹੈ ਅਤੇ ਇੱਕ ਕੁਇੰਟਲ ਦੇ ਵਿੱਚ 2.5 ਮਣ ਹੁੰਦੇ ਆ। ਕੁਝ ਕਿਸਾਨ ਵੀਰ ਕੱਲ੍ਹ ਪੁੱਛ ਰਹੇ ਸੀਗੇ ਲਹਿਰਾ ਗਾਗਾ, ਲਹਿਰਾ ਗਾਗਾ ਦੇ ਕਿਸਾਨ ਨੇ HD 3086, ਸ਼੍ਰੀ ਰਾਮ 272, HD CSW 18। ਹੁਣ ਇੱਥੇ ਦੇਖੋ ਕਿ ਹੈਰਾਨੀ ਕਰਨ ਵਾਲੇ, ਹੈਰਾਨ ਕਰਨ ਵਾਲੇ ਨਤੀਜੇ ਕਿ HD CSW 18 60 ਮਣ ਝਾੜ ਦੇ ਰਹੀ ਹੈ, ਜਦੋਂ ਕਿ ਸ਼੍ਰੀ ਰਾਮ 272 ਇਹਨਾਂ ਨੂੰ 70 ਮਣ ਦੇ ਰਹੀ ਹੈ ਅਤੇ 3086 ਇਹਨਾਂ ਨੂੰ 68 ਮਣ ਦੇ ਰਹੀ ਹੈ। ਇਹ ਹਰਿਦੁਆਰ ਤੋਂ ਕਿਸਾਨ ਹੈ, ਇਹਨਾਂ ਨੇ ਆਪਣੇ ਖੇਤ ਦੇ ਵਿੱਚ 30-86 ਅਤੇ ਉੱਨਤ 550 ਲਗਾਈ ਸੀਗੀ, 30-86 ਇਹਨਾਂ ਦੇ ਖੇਤ ਦੇ ਵਿੱਚ 65.5 ਮਣ ਅਤੇ 550-55 ਮਣ ਇਹਨਾਂ ਦੇ ਖੇਤ ਦੇ ਵਿੱਚ ਨਿਕਲੀ ਹੈ। ਫਤਿਹਾਬਾਦ ਦੇ ਕਿਸਾਨ ਹੈ, 1105 ਅਤੇ 30-86 ਦੋ ਕਿਸਮਾਂ ਖੇਤ 'ਚ ਲਗਾ ਰਹੇ ਹੈ, 30-86 60 ਮਣ ਨਿਕਲ ਰਹੀ ਹੈ, ਜਦੋਂ ਕਿ 1105 45 ਮਣ 'ਤੇ ਰਹਿ ਰਹੀ ਹੈ। ਹਨੂਮਾਨਗੜ੍ਹ 5 ਕਨਾਲ ਦੇ ਵਿੱਚ ਹੈ, 29 ਸਟਾਰਟ ਅਤੇ 28-51 ਇਹਨਾਂ ਨੇ ਲਗਾਈ ਹੈ, ਤਾਂ ਇਹਨਾਂ ਦੇ 28-51 ਬਾਜੀ ਮਾਰ ਗਈ ਹੈ, ਜਿਹੜੀ ਕਿ 5 ਕਨਾਲਾਂ 'ਚੋਂ 54 ਮਣ ਨਿਕਲ ਰਹੀ ਹੈ ਅਤੇ 29 ਸਟਾਰਟ ਜਿਹੜਾ ਹੈਗਾ 40 ਮਣ ਨਿਕਲ ਰਹੀ ਹੈ। ਇਹ ਤਲਵੰਡੀ ਸਾਬੋ ਦਾ ਇੱਕ ਕਿਸਾਨ ਹੋਰ ਆ ਗਿਆ, ਜੇਕਰ ਮੈਂ ਇੱਥੇ ਇਹਨੂੰ ਫਿਲਟਰ ਲਾ ਲਵਾਂ ਤਾਂ ਤਲਵੰਡੀ ਸਾਬੋ ਇਕੱਲਾ ਆਪਾਂ ਦੇਖਦੇ ਹਾਂ ਕਿ ਤਲਵੰਡੀ ਸਾਬੋ ਦੇ ਦੋ ਮੈਂ ਇੱਥੇ ਨੋਟ ਕਰ ਚੁੱਕਾ ਹਾਂ, ਤਲਵੰਡੀ ਸਾਬੋ। ਹੁਣ ਤਲਵੰਡੀ ਸਾਬੋ ਦੇ ਵਿੱਚ ਇਹ ਤੁਸੀਂ ਕੰਪੈਰੀਜ਼ਨ ਦੇਖ ਸਕਦੇ ਹੋ ਕਿ ਇਸ ਕਿਸਾਨ ਦੇ ਖੇਤ 'ਚ ਕੀ ਹੁੰਦਾ ਹੈ ਕਿ ਪਹਿਲੇ ਕਿਸਾਨ ਦੇ 30-86 62 ਮਣ ਅਤੇ 550 55 ਮਣ,
ਦੂਜੇ ਕਿਸਾਨ ਦੇ ਖੇਤ ਦੇ ਵਿੱਚ 30 86 57 ਮਣ ਤੇ 29 67 60 ਮਣ ਨਿਕਲਦੀ ਹੈ। ਤਾਂ ਇਹ ਉਸ ਏਰੀਏ ਦੇ ਦੋ ਅਲੱਗ-ਅਲੱਗ ਕਿਸਾਨ ਹੈ। ਤਲਵੰਡੀ ਸਾਬੋ ਤੋਂ ਅੱਗੇ ਇਹ ਕੋਈ ਕਿਸਾਨ ਨੇ ਆਪਣਾ ਏਰੀਆ ਨਹੀਂ ਦੱਸਿਆ। ਇਹ ਇਸ ਕਿਸਾਨ ਨੇ 30 86 ਤੇ 29 67 ਖੇਤ ਦੇ ਵਿੱਚ ਲਗਾਈ ਸੀਗੀ। ਇਸ ਕਿਸਾਨ ਦੇ ਖੇਤ ਦੇ ਵਿੱਚ 30 86 60 ਮਣ ਨਿਕਲਦੀ ਹੈ, 29 67 55 ਮਣ ਨਿਕਲਦੀ ਹੈ। ਹਰਪ੍ਰੀਤ ਕਿਸਾਨ ਹੈ ਜਿਨ੍ਹਾਂ ਨੇ ਕਿ ਆਪਣੇ ਖੇਤ ਦੇ ਵਿੱਚ ਦੋ ਵਰਾਇਟੀਆਂ ਲਗਾਈਆਂ ਸੀਗੀਆਂ, 30 86 ਅਤੇ ਸਭ ਦੀ ਹਰਮਨ ਪਿਆਰੀ ਇਸ ਸਾਲ ਦੀ ਵਰਾਇਟੀ 32 26, ਜਿਹਨੂੰ ਲੈ ਕੇ ਕਿਸਾਨ ਵੀਰ ਬਹੁਤ ਪਰੇਸ਼ਾਨ ਹੈ ਕਿ ਸਾਨੂੰ 32 26 ਦਾ ਬੀਜ ਕਿਤਨਾ ਕਿਤੋਂ ਮਿਲ ਜਾਵੇ। ਤਾਂ ਬੜੇ ਹੀ ਹੈਰਾਨੀ ਵਾਲੇ ਨਤੀਜੇ ਹੈ। ਕਿਸਾਨ ਦੇ ਅਨੁਸਾਰ 32 26 ਜਿਹੜੀ ਹੈਗੀ ਹੈ ਕੇਵਲ 52 ਮਣ ਉਹਦੇ ਖੇਤ ਦੇ ਵਿੱਚ ਨਿਕਲੀ ਹੈ, ਜਦੋਂ ਕਿ 30 86 ਦਾ ਝਾੜ ਹਾਈਐਸਟ ਉਹਦੇ ਖੇਤ ਦੇ ਵਿੱਚ ਰਿਹਾ ਸੀਗਾ, ਮਤਲਬ ਕਿ ਕਾਫ਼ੀ ਚੰਗਾ ਝਾੜ ਉਹਦੇ ਖੇਤ ਦੇ ਵਿੱਚ ਰਿਹਾ ਸੀਗਾ। ਤਾਂ ਇਸ ਤੋਂ ਕੁਛ ਸਾਨੂੰ ਆਈਡੀਆ ਲਾ ਲੈਣਾ ਚਾਹੀਦਾ ਕਿ 32 26 ਕਿਵੇਂ ਜਾਣ ਵਾਲੀ ਹੈ। ਇੱਕ ਹੋਰ ਕਿਸਾਨ ਹੈ ਜਿਹੜੇ ਕਿ 30 86 ਅਤੇ 29 67 ਲਗਾ ਰਹੇ ਹੈ। ਤਾਂ ਇਹ ਕਿਸਾਨ ਮੇਰੇ ਖਿਆਲ 'ਚ ਗੁਰਦਾਸਪੁਰ ਦੇ ਕਿਸਾਨ ਹੋਣਗੇ, ਕਿਉਂਕਿ ਗੁਰਦਾਸਪੁਰ ਵਾਲੀ ਸਾਈਡ ਗੁਰਦਾਸਪੁਰ ਬਟਾਲਾ 30 86 ਦੀ ਰਿਪੋਰਟ ਓਨੀ ਚੰਗੀ ਨਹੀਂ ਰਹੀ, ਬਿਮਾਰੀ ਪੈ ਗਈ ਸੀਗੀ। ਅਤੇ ਇਹਦੇ ਖੇਤ ਦੇ ਵਿੱਚ 30 86 42 ਮਣ ਨਿਕਲ ਰਹੀ ਹੈ ਅਤੇ 29 67 55 ਮਣ ਨਿਕਲ ਰਹੀ ਹੈ। ਇਹ ਭਵਾਨੀਗੜ੍ਹ ਦਾ ਕਿਸਾਨ ਹੈ, 30 86 72 ਮਣ, 30 86 72 ਮਣ ਭਵਾਨੀਗੜ੍ਹ ਦੇ ਵਿੱਚ ਅਤੇ 677 63 ਮਣ ਨਿਕਲ ਰਹੀ ਹੈ। ਰਤੀਆ ਦੇ ਵਿੱਚ 30 86 ਅਤੇ 29 67 ਦੋਵੇਂ ਇਕੁਅਲ ਕਿਸਾਨ ਦੇ ਖੇਤ ਦੇ ਵਿੱਚ ਆ ਰਹੀਆਂ। ਮੈਂ ਫਿਰ ਇਹ ਦੱਸ ਦੇਣਾ ਚਾਹੁੰਦਾ ਹੈ ਕਿ ਦੇਖੋ, ਇੱਕ ਕਿਸਾਨ ਦਾ ਖੇਤ ਹੈ ਜਿਹਨੇ ਆਪਣਾ ਖੇਤ ਦੇ ਵਿੱਚ ਕੁਝ ਏਰੀਏ 'ਚ ਅਲੱਗ ਅਲੱਗ ਕਿਸਮਾਂ ਲਗਾਈਆਂ, ਸੇਮ ਪ੍ਰੈਕਟਿਸ ਕੀਤੀ ਹੈ, ਪਰੰਤੂ ਝਾੜ ਦੇ ਵਿੱਚ ਫਰਕ ਆਇਆ। ਜੋ ਕਿਸਾਨ ਨੇ ਦੱਸਿਆ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਮੇਰੇ ਵੱਲੋਂ ਕੁਛ ਨਹੀਂ ਜੋੜਿਆ ਗਿਆ। ਇੱਕ ਹੋਰ ਕਿਸਾਨ ਹੈ, ਇਹਨਾਂ ਨੇ ਆਪਣਾ ਏਰੀਆ ਨਹੀਂ ਦੱਸਿਆ, 30 86 ਅਤੇ ਸ਼੍ਰੀ ਰਾਮ 272 ਲਗਾ ਰਹੇ ਹੈ। ਸ਼੍ਰੀ ਰਾਮ 272 55 ਨਿਕਲ ਰਹੀ ਹੈ, 30 86 57 ਮਣ ਨਿਕਲ ਰਹੀ ਹੈ, ਲਗਭਗ ਬਰਾਬਰ ਨਿਕਲ ਰਹੀ ਹੈ। ਇਹ ਹਰਪ੍ਰੀਤ ਜੀ ਹੈ, ਹਰਪ੍ਰੀਤ ਜੀ 30 86 ਅਤੇ 28 51 ਦੋ ਕਿਸਮਾਂ ਜਿਹੜਾ ਇਹਨਾਂ ਨੇ ਖੇਤ ਦੇ ਵਿੱਚ ਲਗਾਈਆਂ। 28 51 ਨੇ ਬਾਜ਼ੀ ਮਾਰੀ ਹੈ 67 ਮਣ, 30 86 4 ਮਣ ਘੱਟ ਜਾਂਦੀ ਹੈ, ਲਗਭਗ 63 ਮਣ। ਸਾਦਕ ਤੋਂ ਕਿਸਾਨ ਹੈ, ਕੱਲ੍ਹ ਹੀ ਇਹਨਾਂ ਨੇ ਕਮੈਂਟ ਕੀਤਾ ਸੀਗਾ ਕਿ ਇਹਨਾਂ ਨੇ ਕਾਫ਼ੀ ਕਿਸਮਾਂ ਲਗਾਈਆਂ ਸੀਗੀਆਂ, ਕੇ ਆਰ ਐੱਲ ਵੀ ਲਗਾਈ, 725 ਵੀ ਲਗਾਈ, ਲੇਕਿਨ ਬਾਕੀ ਕਿਸਮਾਂ ਡਿੱਗ ਪਈਆਂ। 30 86 ਇਹਨਾਂ ਦੀ ਕਿਸਮ ਜਿਹੜੀ ਸੀਗੀ ਉਹ ਬਹੁਤ ਵਧੀਆ ਰਹੀ। ਮੋਹਾਲੀ ਤੋਂ ਕਿਸਾਨ ਦੱਸ ਰਿਹਾ ਕਿ 30 86 ਅਤੇ 725 ਦੋ ਕਿਸਮਾਂ ਉਹਨਾਂ ਨੇ ਆਪਣੇ ਲਗਾਈਆਂ। 30 86 ਉਹਨਾਂ ਦੇ 56.25 ਰਹੀ ਹੈ, ਜਦੋਂ ਕਿ 725 ਜਿਹੜਾ ਹੈਗਾ 67.5 ਮਣ ਖੇਤ ਦੇ ਵਿੱਚ ਉਹਨਾਂ ਦੇ ਝਾੜ ਰਿਹਾ ਹੈਗਾ। ਗੁਰਦਾਸਪੁਰ ਦੇ ਵਿੱਚੋਂ ਇੱਕ ਕਿਸਾਨ ਹੋਰ ਹੈ ਜੋ ਇਹ ਕਹਿ ਰਿਹਾ ਕਿ ਸਾਡੇ 30 86 ਦਾ ਝਾੜ ਘੱਟ ਰਿਹਾ, ਜਦੋਂ ਕਿ 29 67 ਦਾ ਝਾੜ ਜਿਹੜਾ ਹੈਗਾ ਜ਼ਿਆਦਾ ਰਿਹਾ ਹੈ। ਲਾਸਟ 'ਤੇ 32 26 32 26 ਦੇ ਵਿੱਚ ਕਿਸਾਨ ਦਾ ਨਾਮ ਨਹੀਂ ਹੈ, ਇਹਨਾਂ ਇਹ ਦੱਸ ਰਿਹਾ ਕਿ 30 86 ਇਹਨਾਂ ਦੀ ਪਿਛਲੇ ਸਾਲ 64 ਮਣ ਨਿਕਲੀ ਸੀਗੀ, ਜਦੋਂ ਕਿ 32 26 ਕੇਵਲ 50 ਮਣ 'ਤੇ ਰਹਿ ਗਈ। ਅਤੇ ਇਹਨਾਂ ਦਾ ਮੈਸੇਜ ਇੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਜਿਹੜੇ ਕਹਿ ਰਹੇ ਹੈ ਕਿ ਇਹ ਕਣਕ ਨੂੰ ਨਾ ਲਗਾਓ ਅਤੇ ਇਹਦਾ ਝਾੜ ਨਹੀਂ ਹੈਗਾ। ਦੋਸਤੋ, ਇਹ ਕੁਝ ਵਰਾਇਟੀ ਸੀਗੀਆਂ ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਤਰੀਕੇ ਦਾ ਕਿਸਾਨ ਸਾਥੀਆਂ ਦੇ ਖੇਤਾਂ ਦੇ ਵਿੱਚ ਝਾੜ ਰਿਹਾ, ਕੰਪੈਰੀਜ਼ਨ ਕਿਸਾਨਾਂ ਦੇ ਅਨੁਸਾਰ। ਲੇਕਿਨ ਇੱਕ ਚੀਜ਼ ਦੇਖਣ ਨੂੰ ਮਿਲੀ ਹੈ, ਦੇਖੋ 28 51 ਦਾ ਝਾੜ ਤਾਂ ਬੈਸਟ ਰਿਹਾ, ਲੇਕਿਨ ਇਹ ਜ਼ਰੂਰੀ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਵੀ ਹਰ ਜਗ੍ਹਾ 'ਤੇ ਬੈਸਟ ਝਾੜ ਦੇਵੇ 28 51। ਪਰੰਤੂ ਪਿਛਲੇ ਸਾਲ ਕੁੱਲ ਮਿਲਾ ਕੇ ਪੰਜਾਬ ਦੇ ਕੁਝ ਇਲਾਕੇ ਛੱਡ ਦਈਏ ਤਾਂ ਜ਼ਿਆਦਾਤਰ ਏਰੀਏ ਦੇ ਵਿੱਚ 30 86 ਦਾ ਝਾੜ ਜ਼ਿਆਦਾ ਸੀਗਾ। ਉਹ ਇੱਕ ਵੱਖਰੀ ਗੱਲ ਹੈ ਕਿ ਗੁਰਦਾਸਪੁਰ ਬਟਾਲਾ ਜਾਂ ਅੰਮ੍ਰਿਤਸਰ ਦਾ ਕੁਛ ਏਰੀਆ ਜਿੱਥੇ ਕਿ ਇਹਨੂੰ ਬਿਮਾਰੀ ਪੈ ਗਈ ਸੀਗੀ ਅਤੇ ਇਹਦਾ ਝਾੜ ਘੱਟ ਗਿਆ ਸੀਗਾ। ਬਾਕੀ ਏਰੀਏ ਦੇ ਵਿੱਚ 30 86 ਨੇ ਬਾਜ਼ੀ ਮਾਰੀ ਸੀਗੀ, ਬਾਕੀ ਵਰਾਇਟੀ ਇਹਦੇ ਮੁਕਾਬਲੇ ਕੋਈ ਬਹੁਤਾ ਜ਼ਿਆਦਾ ਕਾਮਯਾਬ ਨਹੀਂ ਹੋ ਸਕੀਆਂ। ਹਾਂ, ਇੱਕ ਜਗ੍ਹਾ ਜ਼ਰੂਰ ਆਉਂਦਾ ਕਿ ਸ਼੍ਰੀ ਰਾਮ 272 ਦੀ ਕਿਸਾਨ ਪ੍ਰੇਜ਼ ਕਰ ਰਿਹਾ ਕਿ ਉਸ ਦੀ ਜ਼ਿਆਦਾ ਨਿਕਲੀ ਹੈ।
ਸ਼੍ਰੀ ਰਾਮ 272 ਇਹਦਾ ਸੀਡ ਵੀ ਇਹ ਚੰਗਾ ਹੈਗਾ। ਕੁੱਲ ਮਿਲਾ ਕੇ ਇਸ ਸਾਲ ਵੀ ਜੋ ਰਿਸਪੋਂਸ ਹੈ ਕਿਸਾਨਾਂ ਦਾ ਉਹ 30-86 ਵਾਲੇ ਪਾਸੇ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਬਾਕੀ ਮੌਸਮ ਦੇ ਉੱਤੇ ਡਿਪੈਂਡ ਕਰੇਗਾ ਅਤੇ ਮੈਂ ਕਿਸਾਨ ਵੀਰਾਂ ਨੂੰ ਹਮੇਸ਼ਾ ਇੱਕੋ ਬੇਨਤੀ ਕਰਦਾ ਕਿ ਕਦੇ ਵੀ ਇੱਕ ਕਿਸਮ 'ਤੇ ਭਰੋਸਾ ਨਾ ਕਰੋ ਜੋ ਤੁਹਾਨੂੰ ਕੰਪੈਰੇਟਿਵਲੀ ਵਧੀਆ ਕਿਸਮਾਂ ਲੱਗਦੀਆਂ। ਆਪਾਂ ਆਉਣ ਵਾਲੇ ਦਿਨਾਂ 'ਚ ਬਾਕੀ ਕਿਸਮਾਂ ਦੇ ਝਾੜ ਦੀ ਗੱਲ ਕਰਾਂਗੇ। ਜੋ ਤੁਹਾਨੂੰ ਵਧੀਆ ਕਿਸਮਾਂ ਲੱਗਦੀਆਂ ਉਹਨਾਂ ਕਿਸਮਾਂ ਨੂੰ ਹੀ ਵਰਤੋ। ਅਤੇ ਕਿਸਾਨ ਵੀਰੋ ਇੱਕ ਹੋਰ ਨਿੱਕੀ ਜਿਹੀ ਬੇਨਤੀ ਕਿ ਵੱਧ ਤੋਂ ਵੱਧ ਡਾਟਾ ਆਪਣੇ ਏਰੀਏ ਦਾ ਦੇਣ ਦੀ ਕੋਸ਼ਿਸ਼ ਕਰੋ ਤਾਂ ਕਿ ਬਾਕੀ ਵਰਾਇਟੀਆਂ ਜਿਹੜੀਆਂ ਰਹਿ ਗਈਆਂ ਉਹਨਾਂ ਦਾ ਕੰਪੈਰੀਜ਼ਨ ਕਰਨਾ ਅਤੇ ਹੋਰ ਡਿਟੇਲ ਦੇਣੀ ਸੌਖੀ ਹੋ ਸਕੇ। ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਕਿਸਾਨ ਵੀਰੋ।